ਆਓ ਗੁਰੂ ਕਿੱਸਾ ਜੀ ਨਵਾਜੀ। ਗੁਰੂ ਰੂਪ ਗੁਰੂ ਸਵਾਰੀ ਸਤ ਸੰਗਤ, ਸਤਿਗੁਰ ਜੀ ਦੀ ਬੜੀ ਬਖਸ਼ਿਸ਼ ਹੋਈ ਹੈ। ਸੰਧਿਆ ਦੇ ਪਾਵਨ ਦੀਵਾਨਾਂ ਦੇ ਵਿੱਚ ਸਤਿਗੁਰ ਨੇ ਮਿਹਰ ਕਰਕੇ ਨਾਮ ਬਾਣੀ ਸ਼੍ਰਵਣ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਸਤਿਗੁਰ ਜੀ ਦੀ ਪਾਵਨ ਚਰਨਾਂ ਦੇ ਵਿੱਚ ਸਿਰਤ ਨੂੰ ਜੋੜੀਏ। ਬੜੇ ਸਹਿਜ ਦੇ ਵਿੱਚ ਟਿਕਾ ਦੇ ਵਿੱਚ ਰਸਨਾ ਨੂੰ ਪਵਿੱਤਰ ਕਰੀਏ ਜੀ। ਗੱਜ ਕੇ ਆਖਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਸਿੱਖ ਤਵਾਰੀਖ ਦੇ ਅਨੁਸਾਰ ਅੱਜ ਦਾ ਦਿਨ ਬੜਾ ਮਹਾਨ ਦਿਨ, ਇਤਿਹਾਸ ਦੇ ਵਿੱਚ 13 ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਸਾਹਿਬ ਕਮਾਲ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਦੀ 10ਵੀਂ ਜੋਤ ਸਰਬੰਸਦਾਨੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਵੈਸੇ ਤਾਂ ਜੇਕਰ ਇਤਿਹਾਸ ਦੇ ਵਿੱਚ ਪਿੱਛੋਂ ਦੇਖੀਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਹੁੰਦਾ ਮਾਰਗ, ਰਾਹ, ਹਿੰਦੀ ਵਿੱਚ ਉਹਨੂੰ ਪੰਥ ਵੀ ਕਹਿੰਦੇ ਆ, ਅਸੀਂ ਸੰਸਕ੍ਰਿਤ ਵਿੱਚ ਉਹਨੂੰ ਪੰਥ ਕਿਹਾ ਜਾਂਦਾ, ਰਾਹ ਕਹਿ ਸਕਦੇ ਹਾਂ, ਪੈਂਡਾ ਵੀ ਕਹਿ ਸਕਦੇ ਹਾਂ। ਨਿਰਮਲ ਹੁੰਦਾ ਮੈਲ ਤੋਂ ਰਹਿਤ, ਬੜਾ ਪਵਿੱਤਰ, ਬੜਾ ਪਾਕ। ਔਰ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ, ਅਤੇ ਖਾਲਸਾ ਦਾ ਭਾਵ ਕੀ ਹੈ, ਖਾਲਸ ਪਿਓਰ ਸ਼ੁੱਧ, ਨਿਰਮਲ ਅਤੇ ਖਾਲਸ ਇਹ ਇੱਕੋ ਸ਼੍ਰੇਣੀ ਦੇ ਸ਼ਬਦ ਨੇ, ਪਰ ਅੱਖਰ ਔਰ ਕਹਿਣ ਦੇ ਵਿੱਚ ਵੱਖੋ ਵੱਖਰੇ ਨੇ, ਅਰਥ ਦੋਵਾਂ ਦੇ ਇੱਕ ਨੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਤਿਗੁਰ ਜੀ ਨੇ ਉਹ ਮਾਰਗ ਨੂੰ ਇੱਕ ਸਿਧਾਂਤ ਦੇ ਵਿੱਚ ਪਰੋ ਕੇ ਸਮੁੱਚੇ ਖਾਲਸਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਪਾ ਦਿੱਤਾ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀ ਤੋਂ ਪੰਥ ਔਰ ਗ੍ਰੰਥ ਦਾ ਸੁਮੇਲ ਚੱਲਿਆ, ਪਰ ਪੂਰਨ ਤੌਰ 'ਤੇ ਪਦਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਦੇ ਦਿੱਤੀ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਹੁਣ ਇਹ ਸਭਨਾਂ ਨੂੰ ਪਤਾ ਹੈ ਕੀ ਹੋਇਆ, ਇਤਿਹਾਸ ਵਿੱਚ ਕਿਸ ਤਰ੍ਹਾਂ ਹੋਇਆ, ਔਰ ਕਿਵੇਂ ਕਰਨਾ ਪਿਆ ਸਾਹਿਬੇ ਪਾਤਸ਼ਾਹ ਨੂੰ ਇੱਕ ਨਵੀਨ ਧਰਮ ਦੀ ਉਸਾਰੀ ਕਰਨੀ ਕਿਉਂ ਪਈ।
ਸਿੱਖ ਇੱਕ ਨਵੀਨ ਧਰਮ ਹੈ। ਨਵੀਨ ਯੁੱਗ ਦੇ ਵਿੱਚ ਸਤਿਗੁਰੂ ਜੀ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ, ਬੜੀ ਤੀਖਣ ਬੁੱਧੀ ਦੇ ਨਾਲ, ਕਿਉਂਕਿ ਇਹ 1699 ਤੋਂ ਨਹੀਂ, ਇਹ 1469 ਤੋਂ ਹੀ ਸ਼ੁਰੂ ਹੋ ਗਈ ਸੀ ਖਾਲਸਾ ਪੰਥ ਨੂੰ ਸਾਜਨਾ ਦੀ। ਗੱਜ ਕੇ ਆ ਕੁਸਤਨਾ ਵਾਹਿਗੁਰੂ। ਜਦੋਂ ਨਿਰੰਕਾਰ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਜੱਗ ਦੇ ਪਰਮਾਤ ਲੋਕ ਦੇ ਵਿੱਚ ਜਨਮ ਲੈ ਕੇ ਪਧਾਰੇ ਸਨ, ਗੱਜ ਕੇ ਆ ਕੁਸਤਨਾ ਵਾਹਿਗੁਰੂ, ਉਸੇ ਦਿਨ ਤੋਂ ਇਹ ਪੰਥ ਇਸ ਰਾਹ ਦੇ ਉੱਪਰ ਚੱਲਣ ਲਈ ਤਤਪਰ ਹੋਏ ਔਰ ਪਹਿਲੀ, ਦੂਜੀ, ਤੀਜੀ, ਦਸਵੀਂ ਪਾਤਸ਼ਾਹੀ ਤੱਕ ਬੜਾ ਕੁਝ ਦੇਖਿਆ। ਸਿੱਖ ਤਵਾਰੀਖ ਦੇ ਅਨੁਸਾਰ ਇਕੱਲਾ ਇਕੱਲਾ ਪਲ, ਇਕੱਲੀ ਇਕੱਲੀ ਘੜੀ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ, ਗੁਰਸਿੱਖਾਂ ਨੇ, ਗੁਰੂ ਦੇ ਭਗਤਾਂ ਨੇ ਇਸ ਪੰਥ ਨੂੰ ਸਜਾਉਣ ਦੇ ਲਈ ਆਪਣਾ ਆਪ ਵਾਰ ਦਿੱਤਾ। ਗੱਜ ਗਿਆ ਕੁਸਤਨਾ ਵਾਹਿਗੁਰੂ। ਹੁਣ ਪੰਥ ਇੱਕ ਰਾਹ ਹੁੰਦਾ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਰਾਹ ਦਿੱਤਾ ਅਤੇ ਰਾਹ 'ਤੇ ਚੱਲਣ ਦੀ ਜਾਂਚ ਕਿਹਦੇ ਵਿੱਚ ਦੱਸੀ ਸਾਨੂੰ? ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੱਜ ਗਿਆ ਕੁਸਤਨਾ ਵਾਹਿਗੁਰੂ। ਹੁਣ ਇਹ ਸਾਡੀ ਮੰਜ਼ਿਲ ਹੈ, ਹਮੇਸ਼ਾ ਕੋਈ ਨਾ ਕੋਈ ਰਾਹ ਭੁੱਲਦਾ, ਇਹ ਮੰਜ਼ਿਲ ਨਹੀਂ ਕੋਈ ਭੁੱਲਦਾ ਹੁੰਦਾ। ਗੱਜ ਗਿਆ ਕੁਸਤਨਾ ਵਾਹਿਗੁਰੂ। ਜਦੋਂ ਅਸੀਂ ਰਾਹ ਤੋਂ ਭਟਕੇ, ਮਹਾਰਾਜ ਕਹਿੰਦੇ ਜਬ ਇਹ ਗਹਿ ਵਿਪਰਨ ਕੀ ਰੀਤ, ਖਾਲਸੇ ਨੂੰ ਕਹਿੰਦੇ ਨੇ, ਕਹਿੰਦੇ ਜਦੋਂ ਮੇਰਾ ਖਾਲਸਾ ਵਿਕਾਰਾਂ ਦੇ ਵਿੱਚ ਵਿਪਰ ਬਣ ਜਾਵੇਗਾ, ਕਰਮ ਕਾਂਡਾਂ ਦੇ ਵਿੱਚ ਰੁੱਝ ਜਾਵੇਗਾ, ਹਰ ਇੱਕ ਦੂਜੇ ਤੀਜੇ ਨੂੰ ਗੁਰੂ ਬਣਾ ਕੇ ਉਹਦੇ ਪੈਰ ਪੂਜੇਗਾ, ਫਿਰ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਮੈਂ ਨਾ ਕਰੂੰ ਇਹਨਾਂ ਕੀ ਪ੍ਰਤੀਤ, ਮੈਂ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਨਾ। ਕਹਿੰਦੇ ਗੱਜ ਕੇ ਆ ਕੁਸਤਨਾ ਵਾਹਿਗੁਰੂ। ਫਿਰ ਕਹਿੰਦੇ ਕਿਵੇਂ ਹੋਵੇਗਾ? ਜਬ ਲੱਗ ਖਾਲਸਾ ਰਹੇ ਨਿਆਰਾ, ਕਹਿੰਦੇ ਜਦੋਂ ਤੱਕ ਮੇਰਾ ਖਾਲਸਾ ਨਿਆਰਾ ਰਹੇਗਾ, ਸੈਂਕੜਿਆਂ ਦੇ ਵਿੱਚ, ਹਜ਼ਾਰਾਂ ਦੇ ਵਿੱਚ, ਲੱਖਾਂ ਦੇ ਵਿੱਚ, ਕਰੋੜਾਂ ਦੇ ਵਿੱਚ ਇੱਕ ਦਿਖੇਗਾ ਵੀ ਵਾਕਈ ਇਹ ਬਾਹਰੀ ਤੌਰ 'ਤੇ ਨਹੀਂ ਅੰਦਰੋਂ ਵੀ ਸਿੱਖ ਹੈ। ਤਬ ਲੱਗ ਤੇਜ ਦਿਓ ਮੈਂ ਸਾਰਾ, ਗੱਜ ਕਿਹਾ ਕੁਸਤਨਾ ਵਾਹਿ। ਫਿਰ ਤਾਂ ਸਾਰਾ ਕੁਝ ਹੀ ਪਾਤਸ਼ਾਹ ਨੇ ਦਿੱਤਾ ਨਾ। ਕੀ ਕਹਿੰਦੇ? ਖਾਲਸਾ ਅਕਾਲ ਪੁਰਖ ਕੀ ਫੌਜ, ਕਹਿੰਦੇ ਅਕਾਲ ਪੁਰਖ ਦੀ ਫੌਜ ਹੈ, ਪ੍ਰਗਟਿਓ ਖਾਲਸਾ ਪਰਮਾ, ਇਹ ਤਾਂ ਪਰਮਾਤਮਾ ਦੀ ਮੌਜ ਦੇ ਨਾਲ ਪ੍ਰਗਟਿਆ ਹੋਇਆ। ਗੱਜ ਕਿਹਾ ਕੁਸਤਨਾ। ਹੋਰ ਇੱਥੇ ਵਸਣੀ, ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਇੱਥੇ ਵਸਣੀ, ਖਾਲਸਾ ਮੇਰੀ ਜਾਨ ਕੀ ਜਾਨ, ਇਹ ਤਾਂ ਮੇਰੀ ਜਾਨ ਦੀ ਜਾਨ ਹੈ। ਕਹਿੰਦੇ ਗੱਜ ਕਿਹਾ ਕੁਸਤਨਾ। ਇੰਨਾ ਪਿਆਰ ਕੌਣ ਦਿੰਦਾ ਹੁੰਦਾ? ਦਿੰਦਾ ਕੋਈ ਆਪਣੇ ਪੁੱਤਰਾਂ ਨੂੰ ਵਾਰ ਕੇ ਦੂਜਿਆਂ ਨੂੰ ਆਪਣਾ ਪੁੱਤਰ ਬਣਾ ਲੈਣਾ? ਗੱਜ ਕਿਹਾ ਕੁਸਤਨਾ ਵਾਹਿ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁੱਤ ਚਾਰ, ਚਾਰ ਮੂਏ ਤੋਂ ਕਿਆ ਬਹਿਆ ਜੀਵਤ ਕਈ ਹਜ਼ਾਰ। ਸਤਿਗੁਰੂ ਜੀ ਨੇ ਪੰਜ ਇੱਕ ਕਾਰ ਬਖਸ਼ੀ, ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਸਤਿਗੁਰੂ ਜੀ ਨੇ ਰਹਿਤਾਂ ਕ੍ਰਹਿਤਾਂ ਬਾਰੇ ਦੱਸਿਆ। ਇੱਥੇ ਵਸਣੀ, ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਪੰਜਾਂ ਪਿਆਰਿਆਂ ਤੋਂ ਬੇਨਤੀ ਕੀਤੀ, ਅਰਜੋਈ ਕੀਤੀ ਵੀ ਹੁਣ ਮੈਨੂੰ ਵੀ ਆਪਣੇ ਵਰਗਾ ਬਣਾ ਲਵੋਗਾ। ਜੇ ਕਿਹਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਦੁਨੀਆਂ ਦਾ ਜਿਤਨਾ ਮਰਜ਼ੀ ਇਤਿਹਾਸ ਫਰੋਲ ਲਵੋ,
ਕਦੇ ਗੁਰੂ ਚੇਲਾ ਨਹੀਂ ਬਣਿਆ ਗਾ ਜਕੀਆ ਕੁਸਤ ਨਾ। ਵਾਹਿਗੁਰੂ। ਤੇ ਇੱਥੇ ਆਪ ਕਹਿ ਰਹੇ ਨੇ ਵੀਰ ਆਸਣ ਲਾ ਕੇ ਹੱਥ ਜੋੜ ਕੇ ਪੰਜਾਂ ਪੈਰਾਂ ਨੂੰ, ਇਨ ਪੰਚੋਂ ਮੈਂ ਪਰਮੇਸ਼ਰ ਵਾਸਾ, ਇਹਨਾਂ ਪੰਜਾਂ ਦੇ ਵਿੱਚ ਪਰਮੇਸ਼ਰ ਹੈ। ਔਰ ਕਰਕੇ ਵੀ ਦਿਖਾਇਆ ਚਮਕੌਰ ਦੀ ਗੜੀ ਦੇ ਵਿੱਚ, ਜਦੋਂ ਸਤਿਗੁਰੂ ਜੀ ਕਹਿੰਦੇ ਵੀ ਨਹੀਂ ਹੁਣ ਮੇਰੀ ਲੋੜ ਹੈ ਪਾਤਸ਼ਾਹ ਨੂੰ, ਅਤੇ ਪੰਜਾਂ ਪਿਆਰੇ ਕਹਿੰਦੇ ਨਹੀਂ ਮਹਾਰਾਜ ਤੁਸੀਂ ਅੱਗੇ ਅਜੇ ਬਹੁਤ ਕੁਝ ਕਰਨਾ ਹੈ, ਇਹ ਪੰਥ ਤੁਹਾਨੂੰ ਅੱਜ ਹੁਕਮ ਕਰਦਾ ਹੈ ਵੀ ਤੁਸੀਂ ਇੱਥੋਂ ਚਲੇ ਜਾਵੋਗਾ ਜਕੀਆ ਕੁਸਤ ਨਾਲ। ਮਤਾ ਪਾਇਆ ਪੰਜਾਂ ਦੇ ਵਿੱਚ, ਪੂਰਨ ਕੌਮ ਦਾ ਮਤਾ ਹੁੰਦਾ ਗਾ ਜਕੀਆ ਕੁਸਤ ਨਾਲ। ਵਾਹ। ਹੁਣ ਸਾਨੂੰ ਵਰਦੀ ਦਿੱਤੀ, ਬਾਣਾ ਦਿੱਤਾ, ਬਾਣੀ ਦਿੱਤੀ। ਕਈ ਵਾਰ ਬੜੇ ਸ਼ੰਕੇ ਹੋ ਜਾਂਦੇ ਨੇ ਗੁਰੂ ਪਿਆਰਿਓ, ਬੱਚਾ ਸਕੂਲ ਜਾਂਦਾ ਹੈ, ਕਦੇ ਦੇਖਿਆ ਯੂਨੀਫਾਰਮ ਨੇ ਬੱਚਾ ਪਾਸ ਕਰਾਤਾ? ਨਹੀਂ ਕਰਾਉਂਦੀ। ਬੱਚੇ ਨੂੰ ਪਾਸ ਕਰਾਊ ਦੀ ਪੜ੍ਹਾਈ ਗੱਜ ਗਿਆ ਕੁਸਤ ਨਾਲ। ਵਾਹਿਗੁਰੂ। ਹੁਣ ਇਹ ਬਾਣਾ ਹੈ, ਇਹ ਬਾਣਾ ਪਾਤਸ਼ਾਹ ਨੇ ਸਾਨੂੰ ਇੱਕ ਯੂਨੀਫਾਰਮ ਦਿੱਤੀ ਹੈ, ਪਰ ਸਤਿਗੁਰ ਦੀ ਨਜ਼ਰਾਂ ਦੇ ਵਿੱਚ ਅਸੀਂ ਉਹਦਾ ਸਿਧਾਂਤ ਪੜ੍ਹ ਕੇ, ਉਹਦੀ ਬਾਣੀ ਪੜ੍ਹ ਕੇ ਫਿਰ ਇਹ ਪਰਚੇ 'ਚ ਪਾਸ ਹੋਣਾ ਗੱਜ ਗਿਆ ਕੁਸਤ ਨਾਲ। ਵਾਹਿਗੁਰੂ। ਜਿਵੇਂ ਇੱਕ ਜ਼ਿਮੀਂਦਾਰ ਕਿਸਾਨ ਆਪਣੇ ਖੇਤ ਵਿੱਚ ਬੀਜ ਪਾਉਂਦਾ ਹੈ, ਫਸਲ ਨੂੰ ਤਿਆਰ ਕਰਦਾ ਹੈ, ਆਲੇ ਦੁਆਲੇ ਵਾੜ ਕਰ ਦਿੰਦਾ ਹੈ ਗੱਜ ਗਿਆ ਕੁਸਤ ਨਾਲ, ਵੀ ਕੋਈ ਪਸ਼ੂ ਕੋਈ ਜਾਨਵਰ ਨਾ ਆ ਜਾਵੇ, ਕਿਉਂ ਕਰਕੇ ਫਸਲ ਦਾ ਨੁਕਸਾਨ ਹੋਵੇਗਾ। ਅਤੇ ਸਭੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵਾੜ ਕਰਤੀ ਸਿੱਖ ਦੇ ਆਲੇ ਦੁਆਲੇ, ਕਾਰਾਂ ਦੀ ਗੱਜ ਗਿਆ ਕੁਸਤ ਨਾਲ। ਵਾਹਿਗੁਰੂ। ਕਿਰਪਾਨ ਕੰਘਾ ਕੇਸ ਕੜਾ ਅਤੇ ਕਛਹਿਰਾ ਦਿੱਤੇ ਕਿਉਂ ਨੇ? ਤਾਂ ਕਰਕੇ ਦਿੱਤੇ ਨੇ ਜਦੋਂ ਅਸੀਂ ਕੋਈ ਐਬ ਕਰਾਂਗੇ, ਜਦੋਂ ਕੋਈ ਵਿਕਾਰ ਕਰਾਂਗੇ, ਇਹ ਪਹਿਲਾਂ ਆ ਜਾਣਗੇ ਮੂਹਰੇ, ਪਹਿਲਾਂ ਕੜਾ ਵੀ ਆਵੇਗਾ ਗੱਜ ਕੇ ਆ ਕੁਸਤ ਨਾਲ। ਵਾਹਿਗੁਰੂ। ਸੰਦੇਸ਼ ਮਿਲੇਗਾ ਵੀ ਕਿੱਧਰ ਜਾ ਰਹੇ ਹਾਂ, ਤੇਰੇ ਤਾਂ ਗੁਰੂ ਦੀ ਵਰਦੀ ਪਾਈ ਹੋਈ ਹੈ ਗੱਜ ਕੇ ਆ ਕੁਸਤ ਨਾਲ। ਭਾਈ ਜੋਗਾ ਸਿੰਘ ਭਟਕ ਗਿਆ ਸੀ ਨਾ, ਸਤਿਗੁਰੂ ਜੀ ਫਿਰ ਆਪ ਲੈ ਕੇ ਆਏ ਉਹਨੂੰ ਗੱਜ ਕੇ ਆ ਕੁਸਤ ਨਾਲ। ਵਾਹਿਗੁਰੂ। ਜੇ ਤੁਸੀਂ ਪੂਰਨ ਤੌਰ 'ਤੇ ਗੁਰੂ ਨੂੰ ਸਮਰਪਿਤ ਹੋ ਗਏ, ਇਹ ਲਿਖ ਕੇ ਲੈ ਲਓ, ਗੁਰੂ ਤੁਹਾਨੂੰ ਆਪ ਮੋੜਾ ਪਾ ਕੇ ਲੈ ਕੇ ਆਵੇਗਾ, ਜੇਕਰ ਤੁਸੀਂ ਗਲਤ ਰਾਹੀ ਵੀ ਪੈ ਗਏ ਗੱਜ ਕੇ ਆ ਕੁਸਤ ਨਾਲ। ਵਾਹਿਗੁਰੂ। ਅਪਰਾਧ ਹੁੰਦੇ ਨੇ, ਭੁੱਲਾਂ ਵੀ ਹੁੰਦੀਆਂ ਨੇ। ਧੰਨ ਗੁਰੂ ਨਾਨਕ ਦੇਵ ਜੀ ਤੋਂ ਸਿੱਧ ਹੋ ਗਏ ਆ ਪਾਤਸ਼ਾਹ ਛੋਟੀ ਉਮਰ ਦੇ, ਰਸਮ ਹੁੰਦੀ ਹੈ ਘਰ ਦੇ ਵਿੱਚ ਜਨੇਊ ਪਾਉਣ ਦੀ, ਸਾਰਾ ਕੁਝ ਚਮਕਾ ਸਜਾਇਆ ਗਿਆ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤਿਆਰ ਕੀਤਾ ਗਿਆ। ਹੁਣ ਮਹਿਤਾ ਕਾਲੂ ਜੀ ਬੜੇ ਰਸੂਖਦਾਰ ਸਨ ਘਰ ਦੇ ਵਿੱਚ, ਬੜੇ ਅਮੀਰ ਲੋਕ ਸਨ। ਤੁਸੀਂ ਆਪ ਦੇਖੋ 25-30 ਪਿੰਡਾਂ ਦੇ ਉੱਪਰ ਇਹਨਾਂ ਦੀ ਇੰਚਾਰਜਸ਼ਿਪ ਸੀ ਗੱਜ ਕੇ ਆ ਕੁਸਤ ਨਾਲ। ਵਾਹਿਗੁਰੂ। ਅਤੇ ਸਾਰੇ ਆਏ ਹੋਏ ਰਾਏ ਬੁਲਾਰ ਤੱਕ ਲੈ ਕੇ, ਇੰਨੇ ਇਕੱਠ ਦੇ ਵਿੱਚ ਮਾਤਾ ਪਿਤਾ ਨੂੰ ਮਨ੍ਹਾ ਕਰ ਦੇਵੇ ਪੁੱਤਰ, ਅਤੇ ਕੀ ਰਹਿ ਜਾਂਦਾ ਫਿਰ ਗੱਜ ਕੇ ਆ ਕੁਸਤ ਨਾਲ। ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਬੜੀ ਛੋਟੀ ਉਮਰ ਦੇ ਪਿਤਾ ਕੀ ਕਹਿੰਦੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਕਹਿੰਦੇ ਪੰਡਿਤ ਜੀ ਮੈਂ ਮਾੜਾ ਨਹੀਂ ਕਹਿੰਦਾ ਜਨੇਊ ਨੂੰ,
ਕੀ ਇਹ ਜਿਹੜਾ ਜਨੇਊ ਹੈ ਕਦੇ ਟੁੱਟੇਗਾ ਨਹੀਂ, ਕਦੇ ਮੈਲਾ ਨਹੀਂ ਹੋਵੇਗਾ। ਧਰਮ ਦਾ ਸਭ ਤੋਂ ਪਹਿਲਾ ਪਾਠ ਇਹ ਹੈ ਵੀ ਦਇਆ। ਆਪਾਂ ਰੋਜ਼ ਪ੍ਰਸੰਗਾਂ ਦੇ ਵਿੱਚ ਇਹ ਕਹਿੰਦੇ ਹਾਂ ਕਹਿ ਲਈਏ, ਕਿਉਂਕਿ ਸਤਿਗੁਰ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਉੱਥੋਂ ਹੀ ਗੱਲ ਸ਼ੁਰੂ ਕੀਤੀ, ਦਸਵੇਂ ਪਾਤਸ਼ਾਹ ਨੇ ਵੀ ਉੱਥੋਂ ਕੀਤੀ ਗੱਜ ਕਿਹਾ ਕੁਛ ਦਿਨ। ਵਾਹਿਗੁਰੂ। ਜੇ ਜਨੇਊ ਮਾੜਾ ਹੁੰਦਾ ਤਾਂ ਨੌਵੇਂ ਪਾਤਸ਼ਾਹ ਕੀ ਜਨੇਊ ਦੀ ਰਾਖੀ ਕਰਦੇ? ਗੱਜ ਕੇ ਆ ਕੁਛ ਦਾ ਨਾਮ ਨਹੀਂ। ਇਹ ਕਦਾ ਚਿੱਤ ਵੀ ਨਹੀਂ ਕਹਿਣਾ ਕਿਸੇ ਨੂੰ, ਕਿਸੇ ਦਾ ਧਰਮ ਸਭ ਨੂੰ ਸਭ ਕੁਝ ਮੁਬਾਰਕ ਹੈ, ਗੱਜ ਕੇ ਆ ਕੁਛ ਦਾ ਨਾਮ। ਆਪੋ ਆਪਣੇ ਧਰਮ ਦੀ ਮਰਿਆਦਾ ਹੈ, ਆਪੋ ਆਪਣੇ ਧਰਮ ਦਾ ਸਿਧਾਂਤ ਹੈ, ਆਪੋ ਆਪਣੇ ਧਰਮ ਦਾ ਇੱਕ ਦਿਸ਼ਾ ਹੈ, ਪਰ ਹਰ ਇੱਕ ਨੂੰ ਆਪਣੇ ਧਰਮ ਦੇ ਅਨੁਕੂਲ ਚੱਲਣਾ ਚਾਹੀਦਾ। ਗੱਜ ਕੇ ਆ ਕੁਛ ਦਾ ਨਾਮ। ਅਸੀਂ ਕਿਸੇ ਵੀ ਧਰਮ ਦੇ ਵਿੱਚ ਸੇਧ ਨਹੀਂ ਲਗਾ ਸਕਦੇ ਔਰ ਨਿੰਦ ਵੀ ਨਹੀਂ ਸਕਦੇ। ਹਾਂ, ਸਤਿਗੁਰ ਜੀ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ 'ਤੇ ਅਸੀਂ ਖਰੇ ਵੀ ਉਤਰਨਾ ਹੈ। ਗੱਜ ਕੇ ਆ ਕੁਛ ਦਾ ਨਾਮ। ਜਦੋਂ ਬਾਣਾ ਪੈ ਗਈਆ, ਜਦੋਂ ਅੰਮ੍ਰਿਤ ਛਕ ਲਿਆ, ਜਦੋਂ ਪੰਥ ਵਿੱਚ ਆ ਗਿਆ, ਇਹ ਸਾਰੀ ਜ਼ਿੰਦਗੀ ਫਿਰ ਤੁਹਾਡੀ ਆਪਣੀ ਨਹੀਂ, ਇਹ ਫਿਰ ਦਸਮ ਪਾਤਸ਼ਾਹ ਦੀ ਹੋ ਜਾਂਦੀ ਹੈ। ਗੱਜ ਕੇ ਆ ਕੁਛ ਦਾ ਨਾਮ। ਵਾਹਿਗੁਰੂ। ਕਿਉਂ ਹੋ ਜਾਂਦੀ ਹੈ? ਕਿਉਂਕਿ ਸਾਰਾ ਕੁਝ ਹੀ ਉਹਨੂੰ ਅਰਪਣ ਕਰ ਦਿੱਤਾ ਪਾਤਸ਼ਾਹ ਨੂੰ। ਪੰਜਾਂ ਪਿਆਰਿਆਂ ਨੂੰ ਜਦੋਂ ਸੀਸ ਭੇਟ ਕੀਤੇ, ਉਸ ਤੋਂ ਬਾਅਦ ਦਸਮ ਪਾਤਸ਼ਾਹ ਦੀ ਵਾਰੀ ਆਉਂਦੀ ਹੈ। ਪੰਜ ਪਿਆਰੇ ਕਹਿੰਦੇ ਕਹਿੰਦੇ ਪਾਤਸ਼ਾਹ ਜੀ, ਅਸੀਂ ਤਾਂ ਸੀਸ ਦਿੱਤੇ, ਤੁਸੀਂ ਕੀ ਦੇਵੋਂਗੇ? ਗੱਜ ਕੇ ਆ ਕੁਛ ਦਾ ਨਾਮ। ਵਾਹਿਗੁਰੂ। ਹੁਣ ਇਹ ਵੱਡੀ ਗੱਲ ਹੈ, ਹੁਣ ਪਾਤਸ਼ਾਹ ਨੇ ਤਾਂ ਵੱਡੀ ਚੀਜ਼ ਹੀ ਦੇਣਗੇ ਨਾ। ਗੱਜ ਕੇ ਆ ਕੁਛ ਦਾ ਨਾਮ। ਪਾਤਸ਼ਾਹ ਕਹਿੰਦੇ ਜਦੋਂ ਵੇਲਾ ਆਵੇਗਾ ਸਰਬੰਸ ਵਾਰ ਦਿਆਂਗੇ। ਗੱਜ ਕੇ ਆ ਕੁਛ ਦਾ ਨਾਮ। ਵਾਹਿਗੁਰੂ। ਅਤੇ ਸਾਹਿਬ ਕਮਾਲ ਦਸਮ ਪਾਤਸ਼ਾਹ ਨੇ ਇਕੱਲਾ ਇਕੱਲਾ ਕਰਕੇ ਚਾਰੇ ਪੁੱਤਰ, ਪਿਤਾ, ਮਾਤਾ, ਸਾਰੇ ਹੀ ਆਪਣੀ ਜਾਨ ਤੋਂ ਪਿਆਰੇ ਸਿੱਖ ਔਰ ਆਪਣੇ ਕਿਰਪਾਲ ਚੰਦ ਮਾਮਾ ਜੀ, ਗੱਜ ਕੇ ਆ ਕੁਛ ਦਾ ਨਾਮ। ਵਾਹਿਗੁਰੂ। ਹੋਰ ਬੜੇ ਇਤਿਹਾਸ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦਾ ਲਗਾਵ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ, ਸਾਰੇ ਹੀ ਪੰਥ ਤੋਂ ਵਾਰ ਦਿੱਤੇ। ਗੱਜ ਕੇ ਆ ਕੁਛ ਦਾ ਨਾਮ। ਵਾਹਿਗੁਰੂ। ਜੇਕਰ ਕਿਸ਼ਤਾਂ ਦੇ ਵਿੱਚ ਵੀ ਕਹੀਏ ਨਾ, ਕਰਜ਼ਾ ਤਾਰ ਦਸਮ ਪਾਤਸ਼ਾਹ ਦਾ, 100 ਜਨਮ ਲੈ ਲਈਏ ਖਾਲਸਾ ਕਰਜ਼ਾ ਨਹੀਂ ਤਾਰ ਸਕਦਾ। ਗੱਜ ਕੇ ਆ ਕੁਛ ਦਾ ਨਾਮ। ਕਿਉਂਕਿ ਸਾਹਿਬ ਕਮਾਲ ਦਸਮ ਪਾਤਸ਼ਾਹ ਉਹ ਸ਼ਖਸੀਅਤ ਨੇ, ਅਣਮੁੱਲੀ ਸ਼ਖਸੀਅਤ, ਜਿਹਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਗੱਜ ਕੇ ਆ ਕੁਛ ਦਾ ਨਾਮ। ਵਾਹ। ਜਿਹਨੂੰ ਵੱਡੇ ਵੱਡੇ ਚਿੰਤਨਕਾਰ, ਵੱਡੇ ਵੱਡੇ ਫਿਲੋਸਫਰ, ਫਿਲੋਸਫਰ ਪ੍ਰੋਫੈਸਰ, ਲੈਕਚਰਾਰ ਬਹੁਤ ਇੱਥੋਂ ਉੱਤਰ ਦੇ, ਦੱਖਣ ਦੇ, ਪੂਰਬ ਦੇ, ਪੱਛਮ ਦੇ, ਚਾਰੇ ਕੁੰਟਾਂ ਦੇ ਮਹਾਨ ਮਹਾਨ ਚਿੰਤਨਕਾਰ ਵੀ ਕਹਿ ਰਹੇ ਨੇ, ਕਹਿੰਦੇ ਇੰਨੇ ਗੁਣ ਇੱਕ ਕਿਸੇ ਇਨਸਾਨੀ ਜਾਮੇ ਦੇ ਗੁਰੂ ਵਿੱਚ ਨਹੀਂ ਹੋ ਸਕਦੇ। ਗੱਜ ਕੇ ਆ ਕੁਛ ਦਾ ਨਾਮ। ਵਾਹਿਗੁਰੂ। ਸੰਤ ਵੀ ਹੈ, ਸਿਪਾਹੀ ਵੀ ਹੈ, ਗੁਰੂ ਵੀ ਹੈ, ਚੇਲਾ ਵੀ ਹੈ, ਪਿਤਾ ਵੀ ਹੈ, ਪੁੱਤਰ ਵੀ ਹੈ, ਯੋਧਾ ਵੀ ਹੈ, ਕਲਮ ਦਾ ਧਨੀ ਵੀ ਹੈ। ਗੱਜ ਕੇ ਆ ਕੁਛ ਦਾ ਨਾਮ। ਵਾਹਿਗੁਰੂ। ਜਦੋਂ ਜਾਪ ਸਾਹਿਬ ਪੜ੍ਹਦੇ ਹਾਂ ਨਾ, ਚੱਕਰ ਚਹਿਨ ਅਰ ਬਰਨ ਜਾਤ ਅਰਪਾਤ ਨਹਿਨ ਜਿਹੀ, ਤੁਸੀਂ ਜਦੋਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹੋਗੇ ਤੁਹਾਨੂੰ ਅਨੁਭਵ ਹੋਵੇਗਾ, ਅਹਿਸਾਸ ਹੋਵੇਗਾ ਵੀ ਇਸ ਤੋਂ ਵੱਡਾ ਲਿਖਾਰੀ ਨਹੀਂ ਹੋ ਸਕਦਾ ਕੋਈ। ਗੱਜ ਕੇ ਆ ਕੁਛ ਦਾ ਨਾਮ। ਇੱਕੋ ਮਾਲਾ ਦੇ ਵਿੱਚ ਪਰੋ ਦੇਣਾ, ਜਲੇ ਹੈ, ਥਲੇ ਹੈ, ਭੀਤ ਹੈ, ਅਭੈ ਹੈ, ਅਭੂ ਹੈ, ਪ੍ਰਭੂ ਹੈ, ਅਜੂ ਹੈ, ਭੂ ਹੈ, ਅਲੇਖ ਹੈ, ਭੇਖ ਹੈ, ਸਭ ਕੁਝ ਹੀ ਪਾਤਸ਼ਾਹ ਨੇ ਦੱਸ ਦਿੱਤਾ ਵੀ ਸਾਹਿਬੇ ਕਮਾਲ ਦੀ ਉਸਤਤ ਕਿਵੇਂ ਕਰੀਦੀ ਹੈ। ਗੱਜ ਕੇ ਆ ਕੁਛ ਦਾ ਨਾਮ। ਅਕਾਲ ਉਸਤਤ ਪੜ੍ਹੋ, ਉਹਨਾਂ ਦੀ ਚੰਡੀ ਦੀ ਵਾਰ ਪੜ੍ਹੋ, ਉਹਨਾਂ ਦਾ 24 ਅਵਤਾਰ ਪੜ੍ਹੋ,
ਕਿਉਂ ਤੋੜਿਆ ਜਾ ਰਿਹਾ ਦਸਮ ਪਾਤਸ਼ਾਹ ਦੀ ਬਾਣੀ ਤੋਂ? ਕਿਉਂਕਿ ਪਤਾ ਹੈ ਜਦੋਂ ਸਿੱਖ ਦਸਮ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਨਗੇ ਮੰਨਣਗੇ, ਇਹਨਾਂ ਦੇ ਅੰਦਰ ਵੀ ਉਹੀ ਚਿਣਗ ਜਾਗੇਗੀ, ਉਹੀ ਖੂਨ ਰਗਾਂ ਦੇ ਵਿੱਚ ਦੌੜੇਗਾ। ਗਜ ਕਿਹਾ ਕੁਛ ਦਿਨ ਸਾਨੂੰ ਤਾਂ ਦਸਮ ਪਾਤਸ਼ਾਹ ਨੇ ਪੁੱਤਰ ਬਣਾਇਆ, ਅਤੇ ਪੁੱਤਰ ਆਪਣੇ ਪਿਓ ਵਰਗੀ ਹੋਵੇਗਾ, ਹੋਰ ਕਿਹਦੇ ਵਰਗਾ ਹੋਵੇਗਾ? ਗਜ ਕਿਹਾ ਕੁਛ ਦਿਨ ਰੀਸ ਆਪਣਿਆਂ ਦੀ ਕਰੀ ਦੀ ਕਿ ਬੇਗਾਨਿਆਂ ਦੀ ਕਰੀ ਦੀ ਹੈ? ਦਸਮ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਤੁਹਾਨੂੰ ਗੁਰੂ ਗਰੀਬ ਨਿਵਾਜ ਨੂੰ ਸਵਾਲ ਕਰਦਾ ਇੱਕ ਸਿੱਖ, ਕਹਿੰਦੇ ਪਾਤਸ਼ਾਹ ਜੀ ਤੁਸੀਂ ਕਹਿੰਦੇ ਹੋ ਵੀ ਪੰਜਾਂ ਦੇ ਵਿੱਚ ਮੈਂ ਵਾਸਾ ਕਰਾਂਗਾ, ਵੀ ਜਦੋਂ ਵੀ ਕੋਈ ਕੌਮ 'ਤੇ ਦੁਬਧਾ ਪਵੇਗੀ, ਉਹ ਸਿੱਖ ਸਵਾਲ ਕਰਦਾ ਪਾਤਸ਼ਾਹ ਜੇ ਪੰਜ ਨਾ ਹੋਏ? ਅਤੇ ਮਹਾਰਾਜ ਕਹਿੰਦੇ ਕੋਈ ਨਾ ਭਾਈ, ਫਿਰ ਚਾਰ ਹੋ ਜਾਣਗੇ। ਫਿਰ ਸ਼ੰਕਾ, ਮਹਾਰਾਜ ਚਾਰ ਵੀ ਨਾ ਹੋਏ? ਕਹਿੰਦੇ ਭਾਈ ਤਿੰਨ, ਦੋ, ਸਵਾ ਲੱਖ ਹੋ ਜਾਵੇਗਾ, ਕੋਈ ਗੱਲ ਨਹੀਂ, ਇੱਕ ਸਿੰਘ ਦੇ ਵਿੱਚ ਵੀ ਵਾਸਾ ਆਏ, ਪਰ ਸੰਪੂਰਨ ਹੋਵੇ, ਪੂਰਨ ਹੋਵੇ, ਕਹਿਣੀ ਕਥਨੀ ਕਰਨੀ ਤਾਂ ਪੂਰਾ ਹੋਵੇ। ਮਹਾਰਾਜ ਕਹਿੰਦੇ ਜੇ ਇੱਕ ਵੀ ਨਾ ਹੋਵੇ? ਅਤੇ ਫਿਰ ਮਹਾਰਾਜ ਕਹਿੰਦੇ ਫਿਰ ਨਿਤਨੇਮ ਕਰਕੇ, ਰਜੋਈ ਕਰਕੇ, ਬਾਣੀ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਆਪਣਾ ਚਿਹਰਾ ਕਹਿੰਦੇ ਸ਼ੀਸ਼ੇ ਵਿੱਚ ਦੇਖ ਲਈ, ਤੈਨੂੰ ਦਰਸ਼ਨ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਹੋਰ ਪਾਤਸ਼ਾਹ ਕੀ ਦੇ ਦੇਣ? ਸਤਿਗੁਰੂ ਜੀ ਨੇ ਇੰਨਾ ਅਮੀਰ ਬਣਾ ਦਿੱਤਾ, ਇੰਨਾ ਖਜ਼ਾਨਾ, ਨੌ ਨਿਧ ਨਾਮ ਖਜ਼ਾਨਾ, ਜਿਹੜਾ ਕਦੇ ਵੀ ਮੁੱਕਦਾ ਨਹੀਂ, ਤੋਟ ਨਹੀਂ ਆਉਂਦੀ, ਆਪਣੇ ਸਿੱਖ ਨੂੰ ਹਮੇਸ਼ਾ ਦੇ ਲਈ ਸਤਿਗੁਰ ਪਾਤਸ਼ਾਹ ਨੇ ਬੜਾ ਅਮੀਰ ਔਰ ਬੜਾ ਧਨਵਾਨ ਬਣਾ ਦਿੱਤਾ। ਪਰ ਇਹ ਉਦੋਂ ਤੱਕ ਹੈ ਮਹਾਰਾਜ ਕਹਿੰਦੇ ਜਦੋਂ ਤੱਕ ਨਿਆਰੇ ਨਹੀਂ, ਜਦੋਂ ਤੱਕ ਸਿਧਾਂਤ ਦੇ ਉੱਪਰ। ਹੁਣ ਕੋਈ ਵੀ ਬੱਚਾ ਸਕੂਲ ਦੇ ਵਿੱਚ ਸਕੂਲ ਦੇ ਨਿਯਮਾਂ ਦੇ ਅਨੁਸਾਰ ਨਹੀਂ ਚੱਲਦੇ, ਜਾਂ ਚੱਲਦਾ ਉਹਨੂੰ ਰੈਸਟੀਗੇਟ ਕੀਤਾ ਜਾਂਦਾ। ਗੱਜ ਕੇ ਆ ਉਸ ਨਾਮ ਵਾਹਿਗੁਰੂ। ਵਾਰ ਵਾਰ ਵਾਰਨਿੰਗ ਦੇਣ 'ਤੇ ਫਿਰ ਇੱਕ ਦਿਨ ਐਸਾ ਆ ਜਾਂਦਾ, ਉਹਦੇ ਮਾਤਾ ਪਿਤਾ ਨੂੰ ਬੁਲਾ ਕੇ ਕਾਟਾ ਮਾਰ ਕੇ ਕਰੈਕਟਰ ਸਰਟੀਫਿਕੇਟ ਵੀ ਐਸਾ ਲਿਖ ਦਿੱਤਾ ਜਾਂਦਾ, ਉਹਨੂੰ ਕਿਸੇ ਸਕੂਲ, ਕਾਲਜ, ਅਕੈਡਮੀ, ਯੂਨੀਵਰਸਿਟੀ ਦੇ ਵਿੱਚ ਦਾਖਲਾ ਨਹੀਂ ਮਿਲਦਾ। ਗੱਜ ਕੇ ਆ ਉਸ ਨਾਮ। ਇੱਕ ਵਾਰੀ ਕੀਤੀ ਹੋਈ, ਦੋ ਵਾਰੀ ਕੀਤੀ ਹੋਈ ਇਹ ਭੁੱਲ ਹੋ ਸਕਦੀ ਹੈ, ਗਲਤੀ ਹੋ ਸਕਦੀ ਹੈ, ਵਾਰ ਵਾਰ ਕੀਤੇ ਹੋਏ ਅਪਰਾਧ ਹੁੰਦੇ ਨੇ। ਫਿਰ ਗੱਜ ਕੇ ਆ ਉਸ ਨਾਮ ਵਾਹ। ਇਸੇ ਤਰ੍ਹਾਂ ਪੰਥ ਵਿੱਚ ਹੈ, ਪੰਥ ਦਾ ਮਿਹਣਾ ਜਨਮਾਂ ਜਨਮਾਂਤਰਾਂ ਤੱਕ ਖਹਿੜਾ ਨਹੀਂ ਛੱਡਦਾ। ਗੱਜ ਕੇ ਆ ਉਸ ਨਾਮ। ਜਿਨ੍ਹਾਂ ਨੇ ਪੰਥ ਦੇ ਨਾਲ ਦੁਸ਼ਵਾਰੀਆਂ ਕੀਤੀਆਂ ਨੇ, ਜਿਨ੍ਹਾਂ ਨੇ ਪੰਥ ਦੇ ਨਾਲ ਗਦਾਰੀਆਂ ਕੀਤੀਆਂ ਨੇ, ਅੱਜ ਤੱਕ ਲਾਹਣਤਾ ਪੈਂਦੇ ਨੇ ਉਹਨਾਂ ਨੂੰ। ਗੱਜ ਕੇ ਆ ਉਸ ਨਾਮ। ਔਰ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ, ਜਿਵੇਂ ਪਾਤਸ਼ਾਹ ਕਹਿੰਦੇ ਨਾ, ਖਸਮ ਵਿਸਾਰ ਖੁਆਰੀ ਕੀ। ਹੁਣ ਜੇ ਇਹ ਸਕੂਲ ਛੱਡ ਕੇ ਜਾਵਾਂਗੇ ਤਾਂ ਕੀ ਦੂਜੇ ਸਕੂਲ ਦੇ ਵਿੱਚ ਨਹੀਂ ਨਿਯਮ ਹੋਣਗੇ? ਗੱਜ ਕੇ ਆ ਕੁਛ ਨਾਮ। ਜਦੋਂ ਇੱਥੇ ਨਹੀਂ ਤੁਸੀਂ ਨਿਯਮ ਪਾਲੇ, ਫਿਰ ਹੋਰ ਕਿੱਥੇ ਪਾਲੋਂਗੇ? ਧ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਕਹਿੰਦੇ ਤੁਸੀਂ ਵਾਰ ਵਾਰ ਲੋਕਾਂ ਦੀਆਂ ਦੇਹਲੀਆਂ ਬਦਲੀ ਜਾਓਗੇ, ਘਰ ਬਦਲੀ ਜਾਓਗੇ, ਖਸਮ ਬਦਲੀ ਜਾਓਗੇ। ਸਤਿਗੁਰੂ ਜੀ ਕਹਿੰਦੇ ਕਿਸੇ ਨੇ ਤੁਹਾਨੂੰ ਗੱਲ ਨਾਲ ਨਹੀਂ ਲਾਉਣਾ। ਗੱਜ ਕੇ ਆ ਕੁਛ ਨਾਮ ਵਾਹ। ਇਹ ਤੋਂ ਬੈਟਰ ਹੈ ਪਾਤਸ਼ਾਹ ਕਹਿੰਦੇ ਇੱਕ ਦਾ ਹੋ ਜਾ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਇਤਿਹਾਸ ਵੀ ਯਾਦ ਰੱਖਣਾ ਹੈ ਸਿੱਖ ਨੇ, ਇਤਿਹਾਸ ਦੇ ਨਾਲ ਨਾਲ ਸਿੱਖ ਨੇ ਸਿਧਾਂਤ ਵੀ ਯਾਦ ਰੱਖਣਾ ਹੈ। ਕਿਉਂਕਿ ਇਤਿਹਾਸ ਕਿਵੇਂ ਬਣਦਾ? ਜਦੋਂ ਤੱਕ ਸਿਧਾਂਤ 'ਤੇ ਪੂਰਾ ਹੋਵੇਗਾ। ਗੱਜ ਕੇ ਆ ਕੁਛ ਨਾਮ। ਇਤਿਹਾਸ ਵੀ ਤਾਂ ਹੀ ਬਣਦੇ ਨੇ, ਇਤਿਹਾਸ ਕਦੇ ਵੀ ਸਮਾਪਤ ਨਹੀਂ ਹੁੰਦੇ, ਇਹ ਬਣਦੇ ਜਾਂਦੇ ਨੇ। ਗੱਜ ਕੇ ਆ ਕੁਛ ਨਾਮ। ਅੱਗੇ ਹੋਰ ਬਣਨਗੇ।
ਅੱਗੇ ਹੋਰ ਸੁਨਹਿਰੀ ਅੱਖਰਾਂ ਦੇ ਵਿੱਚ ਪਤਾ ਨਹੀਂ ਪੰਥ ਲਿਖੇ ਕੀ ਕੁਝ ਆਵੇਗਾ, ਕਿੰਨਾ ਕੁਝ ਖੋਇਆ ਜਾਵੇਗਾ, ਕਿੰਨਾ ਕੁਝ ਪਾਇਆ ਜਾਵੇਗਾ, ਅੱਗੇ ਅਸੀਂ ਪਿੱਛੇ ਕੀ ਗਵਾਇਆ ਕੀ ਖੋਇਆ, ਇਹ ਵੀ ਸਾਰਾ ਲੇਖਾ ਜੋਖਾ। ਹੁਣ ਗੁਰੂ ਰੂਪ ਗੁਰੂ ਸਵਰੀ ਸਾਹਿਬ ਸੰਗਤ ਜੀ ਇਹ ਸ਼ੰਕੇ ਹੁੰਦੇ ਨੇ ਵੀ ਅੰਮ੍ਰਿਤ, ਕਈ ਸਾਡੇ ਵਰਗੇ ਜਿਹੜੇ ਬਿਲਕੁਲ ਅਕਲ ਤੋਂ ਹੀਣ ਹੁੰਦੇ ਨੇ, ਅੰਧੇ ਹੁੰਦੇ ਨੇ, ਉਹ ਕਹਿੰਦੇ ਨੇ ਜੀ ਸਾਡੇ ਤਾਂ ਹਿਰਦੇ ਵਿੱਚ ਹੀ ਅੰਮ੍ਰਿਤ ਹੈ। ਅਤੇ ਫਿਰ ਦਸਮ ਪਾਤਸ਼ਾਹ ਦਾ ਹਿਰਦਾ ਪਵਿੱਤਰ ਨਹੀਂ ਸੀਗਾ ਜਿਕੇ ਕੁਛ ਨਾਮ, ਉਹਨਾਂ ਨੇ ਆਪ ਦਾਤ ਮੰਗੀ ਹੈ ਹੱਥ ਜੋੜ ਕੇ, ਕਹਿੰਦੇ ਮੈਨੂੰ ਵੀ ਆਪਣੇ ਵਰਗਾ ਬਣਾ ਲਵੋ। ਅਤੇ ਫਿਰ ਵਾਕਈ ਉਹ ਅੰਮ੍ਰਿਤ ਵਿੱਚ ਕੁਝ ਹੋਵੇਗਾ ਜਿਹੜਾ ਦਸਵੇਂ ਪਾਤਸ਼ਾਹ ਆਪ ਬੇਨਤੀ ਕਰਦੇ ਨੇ ਗਾ ਜਿਕੇ ਆ ਕੁਸਤ ਨਾਮ। ਆਪ ਬੇਨਤੀ ਕਰਕੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਮੰਗੀ ਹੈ, ਔਰ ਫਰੀ ਨਹੀਂ ਮੰਗੀ। ਪਾਤਸ਼ਾਹ ਕਹਿੰਦੇ ਵਾਰੀ ਆਵੇਗੀ, ਸਰਬੰਸ ਵਾਰ ਦਿਆਂਗੇ ਗਾ ਜਿਕੇ ਆ ਕੁਸਤ ਨਾਮ। ਸਰਬੰਸ ਕੀ ਆਪਣਾ ਆਪ ਵਾਰ ਦਿਆਂਗੇ, ਪਾਤਸ਼ਾਹ ਨੇ ਤਾਂ ਕੁਝ ਵੀ ਨਹੀਂ ਰੱਖਿਆ, ਨਾ ਫੌਜ ਰੱਖੀ, ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼ੋ, ਖੁਦਾ ਬੰਦੈਸ਼। ਕਹਿੰਦੇ ਇੱਕ ਸਮਾਂ ਉਹ ਸੀ ਸਭ ਕੁਛ ਸੀ, ਪਾਤਸ਼ਾਹ ਕੋਲ ਨੰਦਾਂ ਦੀ ਪੁਰੀ ਸੀ, ਤਕੜਾ ਸਿੰਘਾਸਨ ਸੀ, ਸਭ ਕੁਝ ਸੀ, ਪ੍ਰਸ਼ਾਦੀ, ਹਾਥੀ, ਘੋੜੇ, ਹੋਰ ਪਤਾ ਨਹੀਂ ਕੀ ਕੁਝ ਸੀ। ਇੱਕ ਸਮਾਂ ਉਹ ਸੀ ਮੇਰਾ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾਮਾ ਲੀਰੋ ਲੀਰ ਹੋਇਆ ਹੈਗਾ ਜਕਿਆ ਕੁਸਤ ਨਾਮ, ਫਿਰ ਵੀ ਮੇਰੇ ਪਾਤਸ਼ਾਹ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉਹ ਫਿਰ ਵੀ ਨਹੀਂ ਡੋਲੇ ਹੈਗੇ। ਫਿਰ ਵੀ 47 ਦਿਨਾਂ ਦਾ ਪੂਰਾ ਦੌਰਾ ਕਰਕੇ, ਯਾਤਰਾ ਕਰਕੇ ਦਮਦਮਾ ਸਾਹਿਬ ਆਉਂਦੇ ਨੇ ਮੇਰੇ ਪਾਤਸ਼ਾਹ ਗੱਜ ਕੇ ਆ ਕੁਸਤਨਾ, ਦੁਬਾਰਾ ਫਿਰ ਇੱਥੋਂ ਪੰਥ ਦੀ ਆਰੰਭਤਾ ਕਰਦੇ ਨੇ, ਦੁਬਾਰਾ ਫਿਰ ਕਹਿੰਦੇ ਨੇ ਦਮ ਲੈਂਦੇ ਨੇ ਇੱਥੇ ਮੇਰੇ ਪਾਤਸ਼ਾਹ ਆ ਕੇ, ਔਰ ਫਿਰ ਕਹਿੰਦੇ ਨੇ ਵੀ ਕਦਾ ਚਿੱਤ ਨਹੀਂ ਡੋਲਣਾ ਸਿੱਖਣੇ। ਫਿਰ ਕੀ ਹੋ ਗਿਆ ਜੀ, ਨੰਦਾਂ ਦੀ ਪੁਰੀ ਛੱਡਤੀ, ਦੁਬਾਰਾ ਫਿਰ ਉੱਥੇ ਰਾਜ ਆਵੇਗਾ ਗੱਜ ਕੇ ਆ ਕੁਸਤਨਾ। ਵਾਹਿਗੁਰੂ। ਹੈ ਕੋਈ ਐਸਾ ਪਿਤਾ ਜਿਹੜਾ ਆਪਣੇ ਪੁੱਤਰਾਂ ਦੀਆਂ ਪਵਿੱਤਰ ਦੇਹਾਂ ਦੇਖ ਕੇ ਮੁੱਕ ਵੱਟ ਕੇ ਪਾਸਾ ਲੰਘ ਜੇਗਾ ਜਿੱਕੇ ਆ ਕੁਸਤ ਨਾਮ। ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਕਹਿੰਦੇ ਪਿਤਾ ਜੀ, ਦਸਮ ਪਾਤਸ਼ਾਹ ਜੀ, ਕਿਰਪਾ ਕਰੋ ਕੋਈ ਕੱਪੜਾ ਹੀ ਪਾ ਚੱਲੋ ਦੇਹ ਦੇ ਉੱਪਰ, ਗੱਜ ਕੇ ਆ ਕੁਸਤ ਨਾਮ। ਵਾਹਿਗੁਰੂ। ਕਹਿੰਦੇ ਦਇਆ ਸਿੰਘ ਕਿਹੜੀ ਗੱਲ ਕਰਤੀ, ਇੰਨੇ ਕੱਪੜੇ ਹੈ, ਇੰਨੇ ਖੱਫਣ ਹੈਗੇ ਨੇ, ਸਾਰੇ ਸਿੰਘਾਂ ਦੇ ਉੱਪਰ ਆ ਜਾਣਗੇ, ਜੇ ਤਾਂ ਸਾਰੇ ਸਿੰਘਾਂ ਦੇ ਲਈ ਹੈ ਤਾਂ ਲੈ ਆ ਸਾਰਿਆਂ ਦੇ ਉੱਪਰ ਪਾ ਦੇਵਾਂਗੇ। ਅਤੇ ਕੱਲ੍ਹ ਉਹ ਪੰਥ ਦੇ ਵਿੱਚੋਂ ਕੋਈ ਇਹ ਨਾ ਉੱਠ ਕੇ ਕਹਿ ਦੇ ਵੀ ਆਪਣੇ ਪੁੱਤਰ ਚੇਤੇ ਆ ਗਏ ਦਸਮ ਪਿਤਾ ਨੂੰ, ਬਾਕੀ ਸਿੰਘ ਨਹੀਂ ਚੇਤੇ ਆਏਗਾ ਜੀ ਕੀ ਆ ਕੁਸਤ ਨਾਮ। ਵਾਹਿਗੁਰੂ। ਇਤਿਹਾਸ ਸਿਰਜਣੇ ਖਾਲਾ ਜੀ ਦਾ ਵੜਾ ਨਹੀਂ, ਇਹ ਬੜੀ ਅਪਾਰ ਕਿਰਪਾ ਹੁੰਦੀ ਹੈ। ਔਰ ਇਸੇ ਕਰਕੇ ਵਾਰ ਵਾਰ ਕਹਿਣੇ ਹੁੰਦੇ ਹਾਂ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਔਰ ਦਸਮ ਪਾਤਸ਼ਾਹ, ਇਹ ਨਿਰੰਕਾਰ ਸਰੂਪ ਸਨ, ਇਹ ਕੋਈ ਇਨਸਾਨ ਨਹੀਂ ਸਨ ਗੱਜ ਕੇ ਆ ਕੁਸਤ ਨਾਮ। ਵਾਹਿਗੁਰੂ। ਸਰਬ ਕਲਾ ਸੰਪੂਰਨ ਸਮਰੱਥ ਗੁਰੂ ਸਿਰ ਹੱਥ ਧਰਿਓ, ਇਨਸਾਨੀ ਜਾਮੇ ਦੇ ਵਿੱਚ ਆਏ ਜ਼ਰੂਰ ਨੇ ਪਰ ਉਹ ਅਵਤਾਰ ਹੋਏ ਨੇ, ਅਤੇ ਉਹਨਾਂ ਨੇ ਸਾਨੂੰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਨੌਵੀਂ ਪਾਤਸ਼ਾਹੀ ਤੱਕ ਦੱਸਿਆ ਵੀ ਸ਼ਬਦ ਨੂੰ ਦ੍ਰਿੜ ਕਰਨਾ ਏ, ਸ਼ਬਦ ਨੂੰ ਗੁਰੂ ਬਣਾਉਣਾ ਏ, ਅਤੇ ਦਸਵੇਂ ਪਾਤਸ਼ਾਹ ਨੇ ਫਿਰ ਇਹ ਸਾਨੂੰ ਹੱਕ ਦੇ ਦਿੱਤਾ ਵੀ ਤੁਸੀਂ ਅੱਗੇ ਕੋਈ ਦੇਹ ਪੂਜਾ, ਸ਼ਖਸੀ ਪੂਜਾ ਨਹੀਂ ਕਰਨੀ, ਕੋਈ ਮੜੀ ਮਸਾਨ ਨਹੀਂ ਪੂਜਣਾ, ਤੁਸੀਂ ਸਿਰਫ ਸ਼ਬਦ ਗੁਰੂ ਨੂੰ ਮੰਨਣਾ ਗੱਜ ਕੀ ਆ ਕੁਸਤ ਨਾਮ। ਵਾਹਿਗੁਰੂ। ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਾਤਸ਼ਾਹ ਕਹਿੰਦੇ ਭਾਈ ਹੁਕਮ ਇਹ ਵੀ ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਏ,
ਔਰ ਇਹ ਗੁਰੂ ਦੀ ਜਾਂਚ 'ਤੇ ਚੱਲਣਾ ਏ। ਔਰ ਗੁਰੂ ਨੇ ਹੀ ਪਿਤਾ ਗੁਰੂ ਨੂੰ, ਮਾਤਾ ਗੁਰੂ ਨੂੰ, ਬੰਧਪ ਗੁਰੂ ਨੂੰ, ਸਭ ਕੁਝ ਗੁਰੂ ਨੂੰ ਮੰਨਣਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੇ ਥਾਈ ਤਾਂ ਪਾਉ ਕਿਹਾ ਕਾੜਾ ਜੀ ਕਾੜਾ ਜੀਓ। ਠੀਕ ਹੈ, ਪਾਤਸ਼ਾਹ ਨੇ ਕਕਾਰ ਦਿੱਤੀ ਹੈ। ਕਕਾਰ ਇਹ ਇੱਕ ਵਾੜ ਹੈ। ਇਹ ਸਾਨੂੰ ਦੱਸਦੇ ਆ ਵੀ ਜਦੋਂ ਵੀ ਸਿੱਖ ਕਿਸੇ ਵਿਕਾਰ ਦੇ ਵਿੱਚ, ਕਿਸੇ ਅਲਾਮਤ ਵਿੱਚ, ਕਿਸੇ ਐਬ ਦੇ ਵਿੱਚ ਪਏਗਾ ਤਾਂ ਸਾਹਮਣੋਂ ਬੰਦਾ ਜ਼ਰੂਰ ਕਹੇ ਵੀ ਤਾਂ ਭਾਈ ਤੇਰੇ ਕਕਾਰ ਪਏ ਨੇ, ਤੂੰ ਇਹ ਕੀ ਕਰੀ ਜਾਂਦਾ ਗੱਜ ਕੀ ਆ ਹੁੰਦਾ ਨਾ। ਜਦੋਂ ਅਸੀਂ ਕਿਸੇ ਗਲਤ ਥਾਵੇਂ ਦੇਖਦੇ ਹਾਂ ਬੰਦਾ ਖੜਾ ਗੁਰੂ ਦਾ ਸਿੱਖ, ਅਤੇ ਮਨ ਦੇ ਵਿੱਚ ਆਉਂਦਾ ਵੀ ਇਹ ਗੁਰੂ ਦਾ ਸਿੱਖ ਹੈ, ਗੱਜ ਕੇ ਆ ਕੁਸਤਨਾ। ਵਾਹਿਗੁਰੂ। ਸਤਿਗੁਰੂ ਜੀ ਨੇ ਬੜੀ ਤੀਖਣ ਬੁੱਧੀ ਦੇ ਨਾਲ, ਦੂਰ ਅੰਦੇਸ਼ੀ ਸੋਚ ਦੇ ਨਾਲ ਸਾਨੂੰ ਪਹਿਰਾਵਾ ਦਿੱਤਾ। ਪਰ ਮਹਾਰਾਜ ਨੇ ਇਹ ਵੀ ਕਿਹਾ, ਕਹਿੰਦੇ ਭੇਖੀ ਨਹੀਂ ਬਣਨਾ ਭਾਈ, ਅੰਦਰੋਂ ਸਿੱਖ ਬਣਨਾ ਅਸਲ ਦੇ ਵਿੱਚ, ਗੱਜ ਕੇ ਆ ਕੁਸਤਨਾ। ਔਰ ਇਹ ਮਨ ਦੇ ਵਿੱਚ ਸ਼ੰਕੇ ਹੁੰਦੇ ਨੇ, ਜੇਕਰ ਕਈ ਵਾਰ ਕਿਰਪਾਨ ਪਾਉਣਾ ਭੁੱਲ ਜਾਈਏ, ਕਈ ਵਾਰ ਕੰਘਾ ਵੀ ਥੱਲੇ ਡਿੱਗ ਜਾਂਦਾ, ਕਈ ਵਾਰ ਹੋਰ ਹੈਪਨ ਹੋ ਜਾਂਦੀ ਹੈ, ਇਹਦੇ ਨਾਲ ਨਹੀਂ ਅੰਮ੍ਰਿਤ ਟੁੱਟਦਾ, ਗੱਜ ਕੇ ਆ ਕੁਸਤਨਾ। ਅੰਮ੍ਰਿਤ ਉਦੋਂ ਟੁੱਟਦਾ ਜਦੋਂ ਅਸੀਂ ਟੁੱਟਦੇ ਹਾਂ ਅੰਦਰੋਂ, ਗੱਜ ਕੇ ਆ ਕੁਸਤਨਾ। ਵਾਹਿਗੁਰੂ। ਕਕਾਰਾਂ ਦਾ ਅੰਮ੍ਰਿਤ ਨਾਲ ਬਸ ਸਿਰਫ ਇੰਨਾ ਕੁ ਸੰਬੰਧ ਹੈ ਜਿੰਨਾ ਫਸਲ ਦਾ ਨਾਲ ਵਾੜ ਦੇ ਨਾਲ ਸੰਬੰਧ ਹੁੰਦਾ, ਗੱਜ ਕੇ ਆ ਕੁਸਤਨਾ। ਇਹ ਨਿਸ਼ਾਨੀ ਹੈ, ਔਰ ਨਿਸ਼ਾਨ ਤੌਰ 'ਤੇ ਹਰ ਇੱਕ ਕਕਾਰ ਦਾ ਵੱਖੋ ਵੱਖਰਾ ਨਿਜ਼ਮ, ਵੱਖੋ ਵੱਖਰਾ ਸਿਧਾਂਤ ਵੀ ਹੈ। ਤਾਂਹੀਓ ਪਾਤਸ਼ਾਹ ਨੇ ਸਰਬ ਲੋਹ ਦਾ ਸਾਨੂੰ ਕੜਾ ਔਰ ਸਰਬ ਲੋਹ ਦੀ ਕਿਰਪਾਨ ਬਖਸ਼ਿਸ਼ ਕੀਤੀ ਹੈ। ਔਰ ਕੰਘਾ ਉਹ ਵੀ ਸਾਨੂੰ ਪਾਤਸ਼ਾਹ ਨੇ ਲੱਕੜ ਦਾ ਕਿਹਾ, ਕਿਉਂਕਿ ਉਹ ਵੀ ਸਾਇੰਟੀਫਿਕ ਵਿਗਿਆਨਕ ਤੌਰ 'ਤੇ ਬੜਾ ਲਾਜ਼ਮੀ ਹੈਗਾ ਜੇ ਕਿਹਾ ਕੁਸਤਨ। ਪਾਤਸ਼ਾਹ ਨੂੰ ਪਤਾ ਸੀ ਅੱਗੇ ਬੜਾ ਭਿਆਨਕ ਸਮਾਂ ਆਉਣਾ ਹੈ। ਸੱਚਮ ਪਾਤਸ਼ਾਹ ਨੇ ਕਹਿ ਦਿੱਤਾ, ਸੱਚ ਕਹਿ ਦਿੱਤਾ ਪਾਤਸ਼ਾਹ ਨੇ, ਸ਼ਬਦ ਕਹਿ ਦਿੱਤਾ ਪਾਤਸ਼ਾਹ ਨੇ। ਹਰ ਇੱਕ ਸਿਧਾਂਤ ਤੁਸੀਂ ਜਦੋਂ ਗੁਰੂ ਦੀ ਰਹਿਤ ਮਰਿਆਦਾ ਪੜ੍ਹਦੇ ਹੋ, ਜਗਤ ਝੂਠ ਤੰਬਾਕੂ, ਅੱਜ ਰਿਸਰਚਾਂ ਹੁੰਦੀਆਂ ਨੇ ਕਿੰਨੇ ਕਿੰਨੇ ਕੈਂਸਰ ਹੁੰਦੇ ਨੇ ਇੱਕ ਤੰਬਾਕੂ ਨਾਲ, ਗੱਜ ਕਿਹਾ ਕੁਸਤਨਾ। ਅਤੇ ਪਾਤਸ਼ਾਹ ਨੇ ਤਾਂ ਪਹਿਲੀ ਕਹਿ ਦਿੱਤਾ ਸੀ, ਅਤੇ ਇਸੇ ਤੰਬਾਕੂ ਦੇ ਕਾਰਨ ਗੁਰੂ ਕੇ ਸਿੱਖਾਂ ਨੇ ਪੁੱਠੀਆਂ ਖੱਲਾਂ ਵੀ ਲਹਾਲੀਆਂ, ਪਰਿਵਾਰਾਂ ਦੇ ਪਰਿਵਾਰ ਉਹ ਵੀ ਸ਼ਹੀਦ ਕਰਵਾ ਲਏ, ਅਤੇ ਵਾਕਈ ਫਿਰ ਕੋਈ ਇੱਕ ਰਹਿਤ ਹੋਵੇਗੀ ਨਾ। ਅਤੇ ਅੱਜ ਮਾਫ਼ ਕਰਨਾ, ਸਿੱਖਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦਸਤਾਰਾਂ ਸਜਾਈਆਂ ਹੁੰਦੀਆਂ ਨੇ, ਦਾੜੀਆਂ ਪ੍ਰਕਾਸ਼ ਹੁੰਦੀਆਂ ਨੇ, ਉਹਨਾਂ ਦੇ ਘਰਾਂ ਦੇ ਵਿੱਚ ਵੀ ਤੰਬਾਕੂ ਹੈ। ਇਹ ਸਭ ਤੋਂ ਵੱਡੀ ਲਾਹਮਤ ਆ, ਇਹਨੂੰ ਜਗਤ ਝੂਠ ਮੰਨਿਆ ਪਾਤਸ਼ਾਹ ਨੇ। ਇਹ ਤੋਂ ਹੁਣ ਸਤਿਗੁਰੂ ਜੀ ਕਿਰਪਾ ਕਰਨ, ਕਈ ਵਾਰ ਨਾ ਮਨੁੱਖ ਕੇਸ ਵੀ ਰੱਖਦਾ ਹੈ, ਉਹਦੇ ਦਸਤਾਰ ਵੀ ਬੰਨੀ ਹੁੰਦੀ ਹੈ, ਪਰ ਉਹਨੇ ਹਜੇ ਦਾਖਲਾ ਨਹੀਂ ਲਿਆ ਹੁੰਦਾ ਸਤਿਗੁਰ ਕੋਲ। ਅਤੇ ਇਹ ਅਰਜੋਈ ਕਰੋ ਪਾਤਸ਼ਾਹ ਜੀ, ਕਿਉਂਕਿ ਪਾਤਸ਼ਾਹ ਤੋਂ ਬਿਨਾਂ ਨਹੀਂ ਕਿਰਪਾ ਹੁੰਦੀ, ਗੱਜ ਕੇ ਆ ਕੁਸਤਨਾ। ਵਾਹਿਗੁਰੂ। ਸਤਿਗੁਰੂ ਜੀ ਅੱਗੇ ਅਰਜੋਈ ਕਰਨੀ ਹੈ, ਪਾਤਸ਼ਾਹ ਜੀ ਮੈਨੂੰ ਵੀ ਕਾਬਲ ਬਣਾ ਲਵੋ, ਮੈਨੂੰ ਆਪਣੇ ਪੰਥ ਦੇ ਵਿੱਚ ਰਲਾ ਲਵੋ, ਗੱਜ ਕੇ ਆ ਕੁਸਤਨਾ। ਵਾਹਿਗੁਰੂ। ਅਤੇ ਜੇ ਕਿਰਪਾ ਹੋ ਗਈ ਨਾ, ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇਖ ਲਓ, ਇੱਕ ਜ਼ਿੰਦਗੀ ਦੇ ਵਿੱਚ ਚਾਰ ਜ਼ਿੰਦਗੀਆਂ ਜਿਉਂਦੀਆਂ ਨੇ ਉਹਨੇ, ਗੱਜ ਕੇ ਆ ਕੁਸਤਨਾ। ਸਭ ਕੁਝ ਹੋਇਆ, ਰਿੱਧੀਆਂ ਸਿੱਧੀਆਂ ਦੇ ਮਾਲਕ ਸਨ, ਬੜਾ ਧਨੀ ਸੀ ਬਾਬਾ ਬੰਦਾ ਸਿੰਘ ਬਹਾਦਰ, ਪਰ ਕੰਮ ਨਹੀਂ ਸੀ ਬੰਦਿਆਂ ਵਾਲੇ, ਗੱਜ ਕੇ ਆ ਕੁਸਤਨਾ। ਗੋਦਾਵਰੀ ਦੇ ਕੰਢੇ 'ਤੇ ਲੋਕਾਂ ਨੂੰ ਡਰਾਉਣਾ, ਧਮਕਾਉਣਾ, ਆਪਣੇ ਆਪ ਨੂੰ ਬੜਾ ਜਤੀ ਸਤੀ ਤਪੀ ਮੰਨਣਾ, ਅਤੇ ਪਾਤਸ਼ਾਹ ਕਿੱਥੋਂ ਕਿੱਥੇ ਗਏ, ਕਿਵੇਂ ਚੋਣ ਕੀਤੀ, ਕਿਵੇਂ ਕਾਬਲ ਕੀਤਾ, ਪਾਤਸ਼ਾਹ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਸਣ 'ਤੇ ਵਿਰਾਜਮਾਨ ਹੋ ਗਏ, ਗੱਜ ਕਿਹਾ ਕੁਸਤਨਾ। ਭੱਜੇ ਭੱਜੇ ਗਏ ਚੇਲੇ ਮਰੀਦ, ਦੇਖੋ ਜੀ ਬੜੀ ਮਾਣ ਹਾਨੀ ਹੋ ਗਈ, ਤੁਹਾਡਾ
ਤਖ਼ਤ ਤੁਹਾਡੇ ਆਸਣ 'ਤੇ ਪਤਾ ਨਹੀਂ ਕੌਣ ਆ ਕੇ ਬੈਠ ਗਿਆ ਗੱਜ ਗਿਆ ਕੁਛ ਦਿਨ। ਵਾਹ, ਇਹ ਵੀ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਭੱਜਿਆ ਭੱਜਿਆ ਵਣ ਦੇ ਵਿੱਚੋਂ ਆਇਆ, ਸਾਹਮਣੇ ਆ ਕੇ ਦੇਖਿਆ ਬੜੀਆਂ ਸ਼ਕਤੀਆਂ, ਕਿਉਂਕਿ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਤਖ਼ਤ ਨੂੰ ਪਲਟਾਉਣਾ ਚਾਹਿਆ, ਆਸਣ ਨੂੰ ਪਲਟਾਉਣਾ ਚਾਹਿਆ, ਪਰ ਉਹ ਸਾਹਮਣੇ ਕੌਣ ਬੈਠਾ ਸੀ? ਸਾਹਿਬੇ ਕਮਾਲ ਬੈਠੇ ਸਨ ਗੱਜ ਗਿਆ ਕੁਛ ਦਿਨ। ਵਾਹਿਗੁਰੂ, ਫਿਰ ਇੱਕੋ ਦਮ ਢਿੱਲਾ ਹੋ ਗਿਆ, ਇੱਕੋ ਦਮ ਨਿਮਰਤਾ ਦੇ ਵਿੱਚ ਆ ਗਿਆ। ਕਹਿੰਦੇ ਪਾਤਸ਼ਾਹ ਜੀ ਤੁਸੀਂ ਕੌਣ ਹੋ? ਕਹਿੰਦੇ ਜਿਹਨੂੰ ਤੂੰ ਰੋਜ਼ ਚੇਤੇ ਕਰਦਾ ਗੱਜ ਗਿਆ ਕੁਛ ਦਿਨ। ਵਾਹਿਗੁਰੂ, ਕਹਿੰਦੇ ਜੀ ਮੇਰੇ ਚੇਤਿਆਂ ਦੇ ਵਿੱਚ ਤਾਂ ਫਿਰ ਦਸਮ ਪਾਤਸ਼ਾਹ ਨੇ, ਅਨੰਦਪੁਰੀ ਦੇ ਮਾਲਕ ਗੱਜ ਗਿਆ ਕੁਛ ਦਿਨ, ਕਲਗੀਆਂ ਵਾਲੇ, ਨੀਲੇ ਦੇ ਸ਼ਾਹ ਸਵਾਰ, ਚਿੱਟਿਆਂ ਬਾਜਾਂ ਵਾਲੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾਮ, ਕਹਿੰਦਾ ਜੀ ਮਾਧੋ ਦਾਸ ਵੈਰਾਗੀ। ਅਤੇ ਪਾਤਸ਼ਾਹ ਕਹਿੰਦੇ ਭਾਈ, ਕਹਿੰਦੇ ਬੰਦਿਆਂ ਵਾਲੇ ਕੰਮ ਕਰਿਆ ਕਰ ਗੱਜ ਗਿਆ ਕੁਛ ਦਿਨ। ਸਾਹਿਬੇ ਪਾਤਸ਼ਾਹ ਨੇ ਜੋ ਥਾਪੜਾ ਦਿੱਤਾ ਅਤੇ ਫਿਰ ਨਾਲ ਦੀ ਨਾਲ ਉਸ ਮਾਧੋ ਦਾਸ ਵੈਰਾਗੀ ਨੂੰ, ਜਿਹ ਤੋਂ ਲੋਕ ਡਰਦੇ ਸਨ, ਰਿੱਧੀਆਂ ਸਿੱਧੀਆਂ ਦਾ ਪਾਖੰਡ ਕਰਕੇ, ਪਰ ਸਾਹਿਬੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਥਾਪੜਾ ਦੇ ਕੇ ਤੋਰਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਜੋਤੀ ਜੋਤ ਸਮਾਉਣ ਤੋਂ ਬਾਅਦ 8 ਸਾਲ ਕੌਮ ਦੀ ਵਾਂਗ ਡੋਰ ਸਾਂਭੀ ਗੱਜ ਗਿਆ ਕੁਛ ਦਿਨ। ਵਾਹਿਗੁਰੂ, ਇੱਥੇ ਵਸਨੀ ਸਤਿਗੁਰ ਦੇ ਮਾਰਗ 'ਤੇ ਚੱਲਿਆ, ਆਪਣਾ ਆਪ ਵੀ ਸ਼ਹੀਦ ਕਰਵਾਇਆ ਅਤੇ ਆਪਣਾ ਪੁੱਤਰ ਵੀ ਸ਼ਹੀਦ ਕਰਵਾਇਆ ਗੱਜ ਗਿਆ ਕੁਛ ਦਿਨ। ਵਾਹ, ਸਾਹਮਣੇ ਜਮਾ 4 ਸਾਲ ਦਾ ਪੁੱਤਰ ਜਿਹਦਾ ਦਿਲ ਕੱਢਿਆ ਗਿਆ ਗੱਜ ਗਿਆ ਕੁਛ ਦਿਨ। ਵਾਹ, ਤਾਂ ਹੀ ਉਹ ਮਹਾਰਾਜ ਕਹਿੰਦੇ ਨੇ ਜਬ ਲੱਗ ਖਾਲਸਾ ਰਹੇ ਨਿਆਰਾ। ਇਹ ਨਿਆਰਾ ਤੁਸੀਂ ਰਲ ਗੱਡ ਨਹੀਂ ਹੋਣਾ, ਜਦੋਂ ਅਸੀਂ ਰਲ ਗੱਡ ਹੋ ਗਏ ਫਿਰ ਉਹਦਾ ਕੋਈ, ਜਿਹੜੀ ਵਸਤੂ ਅਮੋਲਕ ਹੁੰਦੀ ਹੈ ਨਾ ਉਹ ਵੱਖਰੀ ਹੁੰਦੀ ਹੈ। ਹੀਰੇ ਦਾ ਪਤਾ ਲੱਗ ਜਾਂਦਾ ਵੀ ਹੀਰਾ ਇਹ ਬਾਕੀ ਗੱਜ ਗਿਆ ਕੁਛ ਦਿਨ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਪਾਲਣ ਜਾਵੇ, ਬਾਕੀ ਤਾਂ ਕਹਿੰਦੇ ਫਿਰ ਕੰਧਾਂ ਦੇ ਵਿੱਚ ਟੱਕਰਾਂ ਹੁੰਦੀਆਂ ਨੇ, ਕੋਈ ਕਿੱਥੇ ਆਪਣਾ ਗੁਰੂ ਲੱਭੀ ਜਾਂਦਾ, ਕੋਈ ਕਿੱਥੇ ਲੱਭੀ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਗੁਰੂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਜੀ ਅੱਗੇ ਅਰਜੋਈ ਹੈ ਸਾਰੇ ਹੀ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੱਖ ਬਣੀਏ, ਬਾਣੀ ਬਾਣੇ ਦੇ ਧਾਰਨੀ ਬਣੀਏ, ਪੰਥ ਦੇ ਵਿੱਚ ਸ਼ਾਮਿਲ ਹੋ ਕੇ ਸਤਿਗੁਰ ਦੀਆਂ ਖੁਸ਼ੀਆਂ ਲਈਏ, ਸਮੁੱਚੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਲੇਖੇ ਲਾਉਣ ਪਾਤਸ਼ਾਹ। ਤਿਲ ਫੁੱਲ ਪਿੱਟਾ ਮੰਦਰ ਪ੍ਰਵਾਨ ਕਰਨ ਪਾਤਸ਼ਾਹ, ਬੱਚਿਆਂ ਨੂੰ ਨਾਮ ਦਾਨ, ਗਿਆਨ ਦਾਨ, ਇਸ਼ਨਾਨ ਦਾਨ, ਲੰਮੀ ਉਮਰਾਂ ਬਖਸ਼ ਕਰਨ ਪਾਤਸ਼ਾਹ। ਸਭਨਾਂ ਦੇ ਘਰਾਂ ਦੇ ਵਿੱਚ ਭਜਨ ਦਾ ਪ੍ਰਕਾਸ਼, ਦੁੱਖਾਂ ਕਲੇਸ਼ਾਂ ਦਾ ਨਾਸ, ਸਭਨਾਂ ਦੇ ਕਾਰੋਬਾਰਾਂ ਵਿੱਚ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਹੋਵੇ। ਆਓ ਸੋਧਰ ਸਾਹਿਬ ਦਰਬਾਰ।